9 ਨੰਬਰ ਫਲੋਰ ਤੇ ਆ ਸਾਡਾ। ਇੱਥੇ ਜੇ ਤੁਸੀਂ ਸ਼ੋਪਿੰਗ ਕਰਨੀ ਬੜਾ ਵਧੀਆ ਹੈ ਇੱਥੇ, ਮਤਲਬ ਕਿ ਇੱਥੇ ਲਿਖੇ ਲਾਇਵਾ ਹੇਅਰ ਕੱਟ 45। ਇਹ ਸਟੋਰ ਆ ਗਿਆ ਜੀ ਡਿਜੀਟੈਕ ਸਟੋਰ, ਜਾ ਕੇ ਬ੍ਰੇਕਫਾਸਟ ਵੀ ਕਰਨਾ ਹੈ ਅਤੇ ਸਵਿਮਿੰਗ ਪੂਲ ਦਾ ਵੀ ਯੂਜ਼ ਕਰਨਾ ਹੈ। ਚੱਲੇ ਜਿੰਮ ਦੇਖੀਏ ਇੱਥੇ ਦਾ, ਜਿੰਮ ਜਾ ਕੇ ਪੰਜਾਬੀ, ਜਦੋਂ ਮੈਂ ਇੱਥੇ ਆ ਕੇ ਮੈਂ ਥੋੜ੍ਹੀ ਇੰਗਲਿਸ਼ ਦੇ ਵਿੱਚ ਮਿਕਸ ਕਰਕੇ ਬੋਲ ਰਿਹਾ ਸੀ, ਕਹਿੰਦੇ ਪੰਜਾਬੀ 'ਚ ਆਓ ਸਿੱਧਾ ਸਾਡੇ ਨਾਲ। ਪਹਿਲਾਂ ਤਾਂ ਸੈਰ ਕਰਦੇ ਕਰਦੇ ਐਂਟਰ ਹੋ ਗਏ ਸੀ ਉੱਥੇ। ਪੈਨ ਕੇਕ ਹੈ ਇਹ, ਗੁੱਡ ਮੋਰਨਿੰਗ। ਦੁਬਈ 'ਚ ਹੋ ਗਿਆ ਨੈਕਸਟ ਡੇ, ਰੋਜ਼ ਉੱਠੀਏ, ਬੱਚੇ ਤਾਂ ਹਾਲੇ ਸੋ ਰਹੇ। ਦੁਬਈ ਦੀ ਮੋਰਨਿੰਗ, ਅਜੇ 6 ਵਜੇ ਦਾ ਟਾਈਮ ਹੋਇਆ ਇੱਥੇ, 6 o'clock। ਇਹ ਲਿਫਟ ਹੈ ਸਾਹਮਣੇ, 9 ਨੰਬਰ ਫਲੋਰ 'ਤੇ ਹੈ ਸਾਡਾ, 9ਵੀਂ ਮੰਜ਼ਿਲ 'ਤੇ। ਇੱਥੋਂ ਹੁਣ ਡਾਊਨ ਹੋ ਜਾਣਾ, ਇਹ ਸੈਂਟਰ ਵਾਲੀ ਆ। ਲਓ ਜੀ ਚੱਲ ਪਏ ਹੋਟਲ 'ਚੋਂ ਬਾਹਰਲੀ ਸਾਈਡ ਨੂੰ। ਰੂਮ ਵਾਸ ਗੁੱਡ, ਰੂਮ ਵਾ, ਥੈਂਕ ਯੂ ਸੋ ਮਚ। ਮੈਂ ਕਿਹਾ ਧੰਨਵਾਦ ਕਰਦੀ ਹੈ ਰਿਸੈਪਸ਼ਨਿਸਟ ਦਾ, ਉਹਨੇ ਟੌਪ ਫਲੋਰ 'ਤੇ ਸਾਨੂੰ ਰੂਮ ਦਿੱਤਾ, ਇਸ ਕਰਕੇ ਚਲੋ ਬਣਦਾ ਵੀ ਹੈ, ਥੈਂਕ ਯੂ ਕਰਨਾ। ਇਹ ਦੇਖੋ ਜੀ ਦੁਬਈ ਦਾ, ਨੀਅਰ ਬਾਏ ਏਅਰਪੋਰਟ ਹੀ ਹੋਟਲ ਹੈ ਸਾਡਾ, ਨੋ ਹੋਟਲ। ਇਹ ਹੈ ਹੋਟਲ, ਇੱਥੇ ਹੋਰ ਵੀ ਅੱਛੇ ਅੱਛੇ ਹੋਟਲ ਬਣੇ ਹੋਏ ਆ ਪੂਰੇ। ਬਾਕੀ ਚਲੋ ਕਰੀਏ ਵਾਕ ਥੋੜ੍ਹੀ ਜੀ, ਨਾਲੇ ਤੁਹਾਨੂੰ ਇਹਦੇ ਨੇੜੇ ਤੇੜੇ ਦਿਖਾਈਏ ਸੜਕਾਂ। ਇਹ ਬਿਲਕੁਲ ਨਾਲੇ ਇਹ ਬਣੀ ਵੀ ਹੈ, ਰੈਸਟੋਰੈਂਟ ਹੈ ਇਹ ਨਾਲੇ ਬਿਲਕੁਲ। ਰਾਤ ਨੂੰ ਪੂਰਾ ਰਾਤ ਸੀ ਇੱਥੇ, ਹੁਣ ਵੀ ਬ੍ਰੇਕਫਾਸਟ ਲਈ ਬਥੇਰੀ ਦੁਨੀਆ ਆਈ ਵੀ ਇੱਥੇ। ਬਾਕੀ ਇਹ ਦੇਖੋ ਇਹਦੇ ਨਾਲ ਇੱਥੇ ਸਿਟੀ ਸੈਂਟਰ ਆ ਦਹਿਰਾ, ਕੈਰੀਫੋਰ ਕਰਕੇ ਸਟੋਰ ਬਣਿਆ ਮੇਰੇ ਪਿੱਛੇ। ਇਹ ਵੀ ਇੱਥੇ ਜੇ ਤੁਸੀਂ ਸ਼ੋਪਿੰਗ ਕਰਨੀ ਬੜਾ ਵਧੀਆ ਹੈ ਇੱਥੇ, ਮਤਲਬ ਕਿ ਰੀਜ਼ਨੇਬਲ, ਬਹੁਤ ਵਧੀਆ ਬਜਟ ਦੇ ਵਿੱਚ ਪੂਰੇ ਆਪਾਂ ਨੂੰ ਸਮਾਨ ਮਿਲ ਜਾਂਦਾ, ਇੱਕ ਸੈਟਿਸਫੈਕਸ਼ਨ ਹੁੰਦੀ ਪੂਰੀ ਸਮਾਨ ਦੀ, ਕੋਈ ਡੁਪਲੀਕੇਸੀ ਨਹੀਂ ਹੋਊਗੀ, ਅਤੇ ਬੜਾ ਸ਼ਾਨਦਾਰ। ਲਾਸਟ ਟਾਈਮ ਮੈਂ ਜਦੋਂ ਆਇਆ ਸੀ ਇੱਥੋਂ ਕਾਫੀ ਸ਼ੋਪਿੰਗ ਸੀ ਕੀਤੀ ਸੀ। ਬਾਕੀ ਅੱਜ ਫਿਰ ਦੇਖਦੇ ਹਾਂ, ਚੱਲੇਂਗੇ ਇੱਥੇ ਸ਼ਾਇਦ, ਫਿਲਹਾਲ ਤਾਂ ਹਲੇ ਘੁੰਮਣਾ ਹੈ ਪਹਿਲਾਂ। ਇਹ ਦੇਖੋ ਜੀ ਸਲੂਨ ਹੈ, ਇੱਥੇ ਲਿਖੇ ਲਾਇਵਾ ਹੇਅਰ ਕੱਟ 45। ਇਹ 45 ਦੇ ਰੰਜ ਹੁੰਦਾ ਵਾ ਹੇਅਰ ਕੱਟ, ਜਿਹੜੇ ਕਿ ਇੰਡੀਆ ਦੇ ਤੁਸੀਂ ਲਾ ਲਓ ਵੀ 900 ਰੁਪਏ ਬਣਦੇ ਆ। ਅੱਛਾ ਸਲੂਨ ਹੈ ਇਹ। ਦੇਖੋ ਜੀ ਅਰੇਬੀਅਨ ਡੈਜ਼ਰਟ, ਇੱਥੇ ਜਨਰਲ ਟ੍ਰੇਡਿੰਗ, ਇੱਥੇ ਟ੍ਰੇਡਿੰਗ ਦੇ ਸੈਂਟਰ ਬਹੁਤ ਹੈ ਕਿਉਂਕਿ ਇਹ ਮੇਨ ਹੱਬ ਹੈ ਦੁਬਈ ਟ੍ਰੇਡਿੰਗ ਦੀ, ਇੱਥੇ ਵਾਧੂ ਇਹ ਚੱਲਦਾ ਟ੍ਰੇਡਿੰਗ ਦਾ ਕੰਮ, ਪੈਸੇ ਪੂਏ ਬਣਾਉਣ ਲਈ ਲੋਕ ਖੂਬ ਸਾਰਾ ਦੂਰੋਂ ਦੂਰੋਂ USA ਵਗੈਰਾ ਤੋਂ ਵੀ ਮੀਟਿੰਗਾਂ ਕਰਨ ਇੱਥੇ ਆਉਂਦੇ ਹੈ। ਇਹ ਸਾਹਮਣੇ ਜਮਜਮ ਰੈਸਟੋਰੈਂਟ, ਮੰਡੀ ਰੈਸਟੋਰੈਂਟ। ਮੋਰਨਿੰਗ ਟਾਈਮ, ਸੂਰਜ ਤੇਜ਼ ਹੋ ਗਿਆ ਹੁਣ, ਅਤੇ ਮੈਂ ਆਪ ਵੀ ਕਾਫੀ
ਦੂਰ ਗਿਆ ਵਾਕ ਕਰਦਾ ਕਰਦਾ, ਹੁਣ ਵਾਪਸ ਵੀ ਜਾਣਾ। ਐਕਚੁਲੀ ਚਿਪਚਿਪਾਹਟ ਵਾਲੀ ਗਰਮੀ ਹੈ ਇੱਥੇ ਇਸ ਟਾਈਮ, ਜਿਵੇਂ ਆਪਣੇ ਇੰਡੀਆ ਦੇ ਵਿੱਚ ਉੱਧਰ ਹੁੰਦੀ ਹੈ ਇਹਦੇ 'ਚ ਆਪਣਾ ਜਿਹੜਾ ਬਰਸਾਤਾਂ ਵਾਲਾ ਮੌਸਮ ਕਹਿੰਦੇ ਆ, ਅਗਲਾ ਅਗਸਤ ਵਾਲਾ, ਜੁਲਾਈ ਅਗਸਤ ਆਉਂਦਾ ਨਾ, ਉਵੇਂ ਦੀ ਗਰਮੀ ਹੈ। ਵੀ ਅੱਛਾ ਹੋਟਲ ਲੱਗਦਾ ਇੱਕ ਇੱਥੇ, ਰੂਫ ਟੋਪ ਲਿਖ ਕੇ ਲਾਇਆ ਵਾ ਸਪੈਸ਼ਲ ਇਹਨਾਂ ਨੇ। ਸਪਾ ਸਫਾਈ ਦੇ ਮਾਮਲੇ 'ਚ ਤਾਂ ਦੁਬਈ ਬੜਾ ਇੱਕ ਨੰਬਰ ਲਿਆ ਪੂਰਾ। ਇੱਥੇ ਚਾਹੇ ਤੁਸੀਂ 3-star ਹੋਟਲ ਲੈ ਲਓ, 4-star ਲੈ ਲਓ, ਚਾਹੇ 5-star, ਨੀਟ ਐਂਡ ਕਲੀਨ ਤਾਂ ਸਾਰਾ ਕੁਛ ਮਿਲੂਗਾ ਤੁਹਾਨੂੰ। ਜਿਵੇਂ ਇੱਥੇ ਦੁਬਈ 'ਚ ਇੰਨੀ ਬਾਰਿਸ਼ ਹੋਈ ਸੀ ਜਦੋਂ ਫਲੱਡ ਵਗੈਰਾ ਆ ਗਏ ਸੀ, ਉਹਦਾ 1% ਵੀ ਹਲੇ ਕੁਛ ਵੀ ਨਹੀਂ, ਸਾਰਾ ਸਾਫ਼ ਹੈ। ਵੈਸੇ ਵੀ ਕਹਿੰਦੇ ਨਾ 2-3 ਦਿਨ 'ਚ ਕਲੀਅਰ ਕਰਤਾ ਸੀ, ਮੈਂ ਤਾਂ ਕਈ ਦਿਨਾਂ ਦੇ ਬਾਅਦ ਆਇਆ ਇੱਥੇ, ਪਰ ਦੇਖਣ ਨੂੰ ਇਹੋ ਜਿਹਾ ਕੁਛ ਨਹੀਂ ਲੱਗਦਾ। ਕੱਲ੍ਹ ਜਦੋਂ ਅਸੀਂ ਆਬੂ ਧਾਬੀ ਜਾ ਰਹੇ ਸੀ ਤਾਂ ਉੱਧਰਲੀ ਸਾਈਡ ਜ਼ਰੂਰ ਕਿਤੇ ਰੇਤਲੀ ਜਗ੍ਹਾ ਦੇ ਨਾਲ ਪਾਣੀ ਖੜ੍ਹਾ ਸੀ, ਕਿਉਂਕਿ ਸੇਮ ਚੜ੍ਹੀ ਵੀ ਹਾਲੇ ਉੱਥੇ ਵੀ ਪ੍ਰੋਪਰ ਉਤਰੀ ਨਹੀਂ ਹੈ, ਕਿਉਂਕਿ ਇੱਧਰ ਤਾਂ ਇਹਨਾਂ ਨੇ ਕਰ ਲਿਆ ਕਲੀਅਰ, ਉਹ ਮੈਂ ਥੋੜ੍ਹਾ ਆਊਟ ਚਲੇ ਆਇਆ ਸੀ। ਆਬੂ ਧਾਬੀ ਦੇ ਰਾਸਤੇ 'ਚ ਮੈਂ 1-2 ਜਗ੍ਹਾ ਦੇਖਿਆ, ਕਈ ਜਗ੍ਹਾ 'ਤੇ ਸੀਗਾ ਉੱਥੇ ਐਨ ਪੂਰਾ ਪਤਾ ਲੱਗਦਾ ਵੀ ਥੋੜ੍ਹੀ ਦੇਰ ਪਹਿਲਾਂ ਇਹੋ ਜਿਹਾ ਕੁਛ ਹੋ ਕੇ ਹਟਿਆ ਇੱਥੇ। ਬ੍ਰੇਕਫਾਸਟ ਲਈ ਤਾਂ ਫਿਰ ਆਵਾਂਗੇ, ਪਰ ਫਿਲਹਾਲ ਤਾਂ ਜੂਸ ਅਤੇ ਕਾ ਫਰੂਟ ਚਨਾ ਥੋੜ੍ਹਾ ਜਿਹਾ ਲਿਆ ਹੈ, ਵੋਕ ਕਰਕੇ ਆਇਆ ਸੀ। ਵੈਸੇ ਤਾਂ ਚੱਕਾ ਨਹੀਂ ਹੁੰਦਾ ਖਾਣਾ ਨਹੀਂ ਖੇਤੀ, ਬਟ ਫਿਰ ਵੀ ਦੇਰ ਬਾਅਦ ਠੀਕ ਰਹਿੰਦਾ। ਲਓ ਜੀ ਬੈਠੇ ਬਿਠਾਏ ਹੋਰ ਪਾ ਲਏ, ਮਨ ਲੱਗਦਾ ਹੁਣੇ ਸਾਰਾ ਬ੍ਰੇਕਫਾਸਟ ਹੋ ਜਾਣਾ। ਆਪਾਂ ਪੰਜਾਬੀ ਬੰਦੇ ਕਿਤੇ ਟਿਕਦੇ, ਬਾਅਦ 'ਚੋਂ ਕਰਦੇ, ਅਸੀਂ ਸੈਰ ਕਰਕੇ ਆਏ ਸੀ, ਬਟ ਦੇਖ ਕੇ ਸੋਚਿਆ ਚੱਲ ਥੋੜ੍ਹਾ ਬਹੁਤਾ ਵੈਸੇ ਹੀ ਟੇਸਟ ਕਰ ਲਈਏ, ਬਟ ਕਰਦੇ ਕਰਾਂਗੇ ਟੇਸਟ, ਦੇਖੋ ਕਿੱਥੇ ਤੱਕ ਗੱਲ ਪਹੁੰਚ ਗਈ। ਸੈਰ ਕਰਨ ਆਏ ਸੀ, ਉਸ ਤੋਂ ਬਾਅਦ ਵੈਸੇ ਹੀ ਬ੍ਰੇਕਫਾਸਟ ਲਈ ਦੇਖਣ ਚਲੇ ਗਏ, ਬਟ ਨਾ ਕਰਦੇ ਕਰਦੇ ਵੀ ਕਾਫੀ ਜ਼ਿਆਦਾ ਬ੍ਰੇਕਫਾਸਟ ਅਸੀਂ ਦੇ ਚੁੱਕੇ ਹਾਂ, ਇਟਸ ਓਕੇ। ਅਤੇ ਐਕਚੁਲੀ ਲਿਫਟ 'ਚ ਜਾ ਰਿਹਾ ਸੀ ਕੋਈ। ਥੈਂਕ ਯੂ ਸਰ। ਪਹੁੰਚ ਗਏ ਜੀ, ਨਾ ਹੈਲੋ, ਅਤੇ ਗੋਇੰਗ ਟੂ ਰੂਮ, ਬੱਚੇ ਸਾਲੇ ਸੁੱਤੇ ਪਏ ਹੋਣੇ, ਦੇਖਦੇ ਹਾਂ ਠੀਕ ਹੈ ਕੀ। ਨੀਟ ਐਂਡ ਕਲੀਨ ਪੂਰਾ, 909 ਸਾਡਾ ਰੂਮ ਨੰਬਰ ਹੈ। ਕੀ ਹੋਸ ਬੱਚੇ, ਹੋ ਬਾਈ ਸੋ ਰਹੇ ਜੀ ਹਲੇ ਬੱਚੇ, ਹਲੇ ਨਹੀਂ ਉੱਠ ਰਹੇ ਜੀ। ਹੈਲੋ ਗੁੱਡ ਮਾਰਨਿੰਗ ਅਸ਼ੀਰ, ਤੇਰੀ ਹੋਈ ਨਹੀਂ ਮਾਰਨਿੰਗ ਹੈ, ਵਿੰਡੋ ਦਾ ਤੂੰ ਵਿਊ ਦੇ ਕੋਲ ਪੈਣ ਵਾਲੇ ਹੈ, ਉਹਦੇ ਡੁੱਬਈ ਕਿਤੇ ਧੁੱਪ ਦੇ ਕਿੰਨੀ ਹੋ ਗਈ। ਅਗਾਮ
ਅਗਵਮ ਗੁੱਡ ਮਾਰਨਿੰਗ। ਨਿਕਲ ਗਏ ਜੀ ਦੁਬਾਰੇ ਸਵੀਮਿੰਗ ਪੂਲ ਲਈ, ਕਰੀਏ ਜਾ ਕੇ ਇੰਜੋਏ ਹੁਣ ਸਵੀਮਿੰਗ ਪੂਲ 'ਚ। ਦੇਖੀਏ ਇਹ ਆ ਗਈ ਲਿਫਟ, ਓ ਸੋਰੀ ਕਿਹੜੇ ਫਲੋਰ 'ਚ, ਫਸਟ ਫਲੋਰ 'ਤੇ ਜਾਣਾ। ਆ ਗਏ ਪੂਲ ਦੇ ਕੋਲ, ਹੁਣ ਇੱਥੇ ਟਾਈਮ ਸਪੈਂਡ ਕਰਨਾ। ਆ ਵੇਖ ਇੱਧਰ ਆਉਣੇ ਆ, ਇੱਥੇ ਬੈਠੀਏ, ਛਾਂ ਵਾਲਾ ਏਰੀਆ ਵੀ ਹੈਗਾ। ਟਾਵਲ ਟਾਵਲ ਕਹਾਂ ਪੇ ਟਾਵਲ, ਅੱਛਾ ਉਰੇ ਓਕੇ ਹੈਗੇ ਟਾਵਲ। ਚੱਲੇ ਜਿੰਮ, ਦੇਖੀਏ ਇੱਥੇ ਦਾ ਜਿੰਮ ਜਾ ਕੇ, ਬਾਅਦ 'ਚ ਸਵੀਮਿੰਗ ਪੂਲ ਦਾ ਟਾਈਮ ਐਕਚੁਲੀ 8 ਵਜੇ ਹੈ, ਤਾਂ 8 ਵਜੇ ਆਉਂਗੇ ਅਸੀਂ ਇੱਥੇ, 15 ਮਿੰਟ ਰਹਿੰਦੇ ਹਾਂ, ਇੱਥੇ ਦਾ ਜਿੰਮ ਦੇਖ ਲਈਏ। Take time for exercise. ਬਾ ਹੁਣ ਵੜ ਜਾਣਾ ਸਵੀਮਿੰਗ ਪੂਲ 'ਚ, ਲਾਈਫ ਗਾਰਡ ਆ ਚੁੱਕਿਆ ਹੈ। ਹੁਣ ਨੈਕਸਟ ਮਿਲਦੇ ਹਾਂ, ਤੋਂ ਬਾਅਦ 'ਚੋਂ ਨਹਾ ਧੋ ਕੇ ਫਿਰ ਚੱਲਦੇ ਕਿਤੇ ਹੋਰ ਘੁੰਮਣ। ਇਹ ਲੱਗੇ ਬੱਚੇ ਵੀ, ਬਾਈ ਜੀ ਆਪਣੇ ਪਟਿਆਲੇ ਤੋਂ ਆਏ। ਕੀ ਨਾਮ ਹੈ ਜੀ? ਪ੍ਰਿਤਪਾਲ ਸਿੰਘ। ਪਟਿਆਲੇ ਕਿਹੜੀ ਜਗ੍ਹਾ? ਚਹਿਲ ਪਿੰਡ ਹੈ ਜੀ, ਉੱਥੋਂ ਇੱਥੇ ਲਾਈਫ ਗਾਈਡ ਦੀ ਜੋਬ ਕਰਦੇ ਹਾਂ ਸਵੀਮਿੰਗ ਪੂਲ 'ਤੇ। ਅਤੇ ਬੜਾ ਠੀਕ ਹੈ ਕਹਿੰਦੇ, ਇੱਥੇ ਖਾਣਾ ਪੀਣਾ ਵਿੱਚ ਹੁੰਦਾ, ਇਹਨਾਂ ਦਾ ਸੈਲਰੀ ਵੀ ਠੀਕ ਹੈ, ਸੈਟਿਸਫਾਈਡ ਹੈ ਮਤਲਬ, ਬਹੁਤ ਵਧੀਆ। ਇਹਦਾ ਪੰਜਾਬੀ, ਜਦੋਂ ਮੈਂ ਇੱਥੇ ਆ ਕੇ ਮੈਂ ਥੋੜ੍ਹੀ ਇੰਗਲਿਸ਼ ਦੇ ਵਿੱਚ ਮਿਕਸ ਕਰਕੇ ਬੋਲ ਰਿਹਾ ਸੀ, ਕਹਿੰਦੇ ਪੰਜਾਬੀ 'ਚ ਆਓ ਸਿੱਧਾ ਸਾਡੇ ਨਾਲ, ਮੈਂ ਪਟਿਆਲੇ ਤੋਂ ਹੀ ਹੈ। ਚਲੋ ਟਿਊਬ ਹੈ ਜੀ, ਰੈਸਕਿਊ ਟਿਊਬ, ਜਿਵੇਂ ਡੁੱਬਦਾ ਹੋਵੇ ਤਾਂ ਇਹਨਾਂ ਦੀ ਡਿਊਟੀ ਹੈ, ਅਤੇ ਗੇਰ ਕੇ ਫਿਰ ਉਹ ਇਹਨੂੰ ਪਕੜ ਕੇ, ਉਦੋਂ ਜਿਵੇਂ ਉਹ ਡੁੱਬ ਰਿਹਾ ਪਰ ਉਹ ਡਰਾਮੇ ਕਰ ਰਿਹਾ। ਤੈਨੂੰ ਕਹਿੰਦਾ ਇਹ ਵੀ ਨਹੀਂ ਗੇਰਨੀ, ਮੈਂ ਲਾ ਲਿਆ ਹਿਸਾਬ ਤੇਰਾ, ਆਖਰੀ ਤੁਹਾਨੂੰ ਕੱਢੂੰਗੀ ਤੈਨੂੰ। ਚਲੋ ਬੱਚੇ ਹੈ ਜੀ, ਕਰਦੇ ਇੰਜੋਏ, ਕਰਨ ਦਿਓ, ਖੇਡਦੇ ਜਵਾਕ, ਖੇਡ ਲੈਣ ਦੇ। ਹਾਂਜੀ ਹੁਣ ਪ੍ਰੋਪਰ ਚੱਲੇ ਬ੍ਰੇਕਫਾਸਟ ਕਰਨ, ਪਹਿਲਾਂ ਤਾਂ ਸੈਰ ਕਰਦੇ ਕਰਦੇ ਐਂਟਰ ਹੋ ਗਏ ਸੀ ਉੱਥੇ, ਹੁਣ ਚੱਲੇ। ਮੈਂ ਰਹਿ ਗਿਆ ਜੀ ਇਕੱਲਾ ਇੱਥੇ, ਲਿਫਟ ਐਕਟਿਵ ਚਲੇ ਗਈ, ਦੂਜੀ ਲਿਫਟ ਲਾਈ ਹੈ, ਹੁਣ 9 ਨੰਬਰ 'ਤੇ ਆਏਗੀ, ਉਹ 9th ਫਲੋਰ 'ਤੇ ਹੈ। ਇਹ ਥੱਲੇ ਸਵੀਮਿੰਗ ਪੂਲ ਲਿਖਿਆ ਸੀ, ਸੈਂਟਰ ਵਾਲੀ ਆ ਰਹੀ ਹੈ ਜੀ। ਥੈਂਕ ਯੂ। ਬੱਚੇ ਬੈਠੇ ਕਰ ਰਹੇ ਬ੍ਰੇਕਫਾਸਟ, ਇੱਧਰ ਬੇਟਾ ਬੈਠਿਆ, ਇਕੱਠੇ ਨਹੀਂ ਬੈਠੇ, ਅਲੱਗ ਅਲੱਗ ਬੈਠੇ ਹਾਂ, ਉਹਨੂੰ ਪਤਾ ਨਹੀਂ ਕਿਉਂ ਕਿਆ ਕਹਿ ਲਿਆ, ਖਾ ਲਿਆ ਮੀਟ ਹੈ। ਆਲਮੋਸਟ ਸਾਰਾ ਹੀ ਅੱਛਾ ਬ੍ਰੇਕਫਾਸਟ ਹੈ, ਥੋੜ੍ਹੀ ਥੋੜ੍ਹੀ ਹਰੇਕ ਚੀਜ਼ ਪਾ ਲਈ ਟਰਾਈ ਕਰਨ ਲਈ। ਅਗਰ ਬੇਟੀ ਨੇ ਤੁਹਾਨੂੰ ਟਰੇਲਾ ਦੀ ਰੇਲ ਬਣਾਈ ਪਈ ਹੈ, ਲਾ ਲਾ ਕੇ ਪੈਨ ਪੈਨਕੇਕ ਹੈ ਇਹ, ਪੈਨਕੇਕ 'ਤੇ
ਇੱਧਰ ਆਪਣੇ ਫਰੂਟਸ ਖਾ ਰਹੇ ਅਤੇ ਮੈਂ ਜੂਸ ਐਂਡ ਦਿਸ ਵਨ ਕਾਫੀ ਅੱਛਾ ਬ੍ਰੇਕਫਾਸਟ ਲਓ ਜੀ ਕਾਫੀ ਪੀਣ ਲੱਗੇ ਕੌਣ ਸੀ ਕਾਫੀ ਬਣਾਉਣ ਲੱਗੇ ਮੈਮ ਐਸਪ੍ਰੈਸੋ ਅੱਛਾ ਜੀ ਖਾ ਕੇ ਬ੍ਰੇਕਫਾਸਟ ਕਰਕੇ ਹੁਣ ਆ ਕੇ ਫਿਰ ਟਹਿਲਣ ਥੋੜ੍ਹਾ ਜਿਹਾ ਐਕਚੁਲੀ ਇੱਥੇ ਮੌਸਮ ਠੀਕ ਹੈ ਇੱਧਰਲੀ ਸਾਈਡ ਗਰਮੀ ਜੀ ਘੱਟ ਲੱਗਦੀ ਹੈ ਸਵਿਮਿੰਗ ਪੂਲ ਦੇ ਨੇੜੇ ਤਾਂ ਫਿਰ ਮੈਂ ਸੋਚਿਆ ਇੱਧਰ ਮਾੜਾ ਜਿਹਾ ਗੇੜਾ ਜਿਹਾ ਲਾਈਏ ਵਧੀਆ ਇੱਥੇ ਨਾਈਸ ਵਨ